ਘਰ ਦੀ ਕੰਧ ਡਿੱਗਣ ਕਾਰਨ ਇੱਕ ਪਰਿਵਾਰ ਦੇ 4 ਜੀ ਜ਼ਖਮੀ, 2 ਦੀ ਹਾਲਤ ਨਾਜ਼ੁਕ, ਸਿਵਲ ਹਸਪਤਾਲ ਵਿੱਚ ਦਾਖਲ। ਹਸਪਤਾਲ ਵਿੱਚ ਦਾਖਲ ਨੰਦਰੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਆਪਣੇ ਪਰਿਵਾਰ ਨਾਲ ਘਰ ਵਿੱਚ ਸੌ ਰਹੀ ਸੀ। ਸਵੇਰੇ ਕਰੀਬ 4:30 ਵਜੇ ਅਚਾਨਕ ਘਰ ਦੀ ਕੰਧ ਟੁੱਟ ਕੇ ਪਰਿਵਾਰ 'ਤੇ ਡਿੱਗ ਗਈ। ਇਸ ਕਾਰਨ ਪਰਿਵਾਰ ਮਲਬੇ ਹੇਠ ਦੱਬ ਗਿਆ। ਆਸ ਪਾਸ ਦੇ ਲੋਕਾਂ ਨੂੰ ਬੜੀ ਮੁਸ਼ਕਿਲ ਨਾਲ ਉਹਨਾਂ ਨੇ ਮਲਬੇ ਵਿੱਚੋਂ ਬਾਹਰ ਕੱਢਿਆ। ਹਾਦਸੇ ਵਿੱਚ ਉਹ, ਉਸਦਾ ਪਿਤਾ ਨਿਸ਼ਾਨ ਮਸੀਹ, ਭੈਣ ਸੋਫੀਆ ਅਤੇ ਮਾਂ ਕੋਮਲ ਜ਼ਖਮੀ ਹੋ ਗਏ। ਸਾਰਿਆਂ ਨੂੰ ਇਲਾਜ ਲਈ ਪਹਿਲਾਂ ਕਲਾਨਾਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਹਵੇਲੀ 'ਚ ਪੱਠੇ, ਸਾਡੀ ਹਵੇਲੀ ਆ, ਨਾਲ ਆਪਾਂ ਪੱਠੇ ਪਾਉਂਦੇ ਪਏ ਹਾਂ। ਇਹਨਾਂ ਦੀਆਂ ਡਾਡਾ ਬਹੁਤ ਨਿਕਲੀਆਂ ਵਾ ਅਤੇ ਉਹ ਕੰਧ ਜਿਹੜੀ ਸਾਰੀ ਇਹਨਾਂ ਦੇ ਉੱਤੇ ਡਿੱਗ ਗਈ ਆ। ਇਹਨਾਂ ਦਾ ਮੂੰਹ ਨਹੀਂ ਲੱਭਦਾ ਪਿਆ, ਬਸ ਥੋੜ੍ਹੇ ਥੋੜ੍ਹੇ ਵਾਲ ਲੱਭਦੇ ਪਏ ਸੀ। ਬਹੁਤ ਚਾਂਗਰਾ ਕੁੜੀਆਂ ਮਾਰਦੀਆਂ ਸੀ, ਫਿਰ ਮੇਰੇ ਘਰ ਵਾਲੇ ਨੇ ਰੌਲਾ ਰਾਲਾ ਪਾਇਆ, ਬੰਦੇ ਬੰਦੇ ਇਕੱਠੇ ਕੀਤੇ ਆ, ਉਹਨਾਂ ਨੂੰ ਕੱਢਿਆ ਵਾ। ਅਤੇ ਘਰ ਵਾਲਾ ਤਾਂ ਉਹਨਾਂ ਦਾ ਅੱਗੇ ਹੈਂਡੀਕੈਪ ਸੀ, ਅਤੇ ਉਹ ਵਿਚਾਰੀ ਆਪ ਕਰਦੀ, ਆਪ ਕਮਾਉਂਦੀ, ਆਪ ਖਾਂਦੀ ਸੀ, ਅਤੇ ਹੁਣ ਵਿਚਾਰੇ ਕਿਸ ਤਰ੍ਹਾਂ ਖਾਣਗੇ। ਹੁਣ ਉਹਨਾਂ ਨੂੰ ਗੁਰਦਾਸਪੁਰ ਲੈ ਗਿਆ, 2 ਜਣੇ ਕਲਾਨੌਰ ਆ, 2 ਜਣੇ ਗੁਰਦਾਸਪੁਰ ਆ, 4 ਜਣਿਆਂ ਨੂੰ ਬਹੁਤ ਸੱਟਾਂ ਲੱਗੀਆਂ। ਗੱਲ ਪਤੇ ਹੋਈ, ਪਾਣੀ ਸੁੱਤੇ ਸੀ ਉਹ ਰਾਤ, ਅਤੇ ਪਾਣੀ ਨਾਲ ਹੀ ਕੰਧ ਜਿਹੜੀ ਉਹ ਬਾਰਿਸ਼ ਨਾਲ ਬਹੁਤ ਖਰਾਬ ਹੋ ਗਈ। ਸੁੱਤਿਆਂ ਪਿਆਉਣ 'ਤੇ ਡਿੱਗ ਪਈ, ਅਤੇ ਰੋਲੀ ਰਾਲੀ ਪਾਈ ਨਿਆਣਿਆਂ ਲੋਕਾਂ ਸਿਰ ਕਾਹੜੇ ਕੁੜੀ ਦਿੱਤੀਆਂ, ਅਤੇ ਮੂੰਹ ਹੀ ਦੇਖਦੇ ਸੀ ਉਹ, ਅਤੇ ਉਹ ਤਰ੍ਹਾਂ ਦੇ ਕੋਈ ਦੇਖਦਾ ਨਹੀਂ ਬੰਦਾ। ਨਿਸ਼ਾਨ ਨੂੰ ਵੀ ਸੱਟ ਲੱਗੀ, ਅਤੇ ਸਾਰਿਆਂ ਨੂੰ ਲੱਗ ਗਈਆਂ ਸੱਟ। 4 ਜੀ ਆ, 5ਵਾਂ ਤਾਂ ਵਿਚਾਰਾ ਪਾਣੀ 'ਚ ਡਿੱਗਾ ਸੀ, ਪਾਣੀ 'ਚੋਂ ਕੱਢ ਕੇ ਲਿਆਉਂਦਾ ਵਿਚਾਰਿਆਂ ਮੁੰਡਿਆਂ ਨੇ। ਮੇਰਾ ਨਾਮ ਭਾਜੀ ਰਵੀ ਹੈ, ਮੈਂ ਡੇਰਾ ਬਾਬਾ ਨਾਨਕ ਤੋਂ ਹਾਂ। ਸਾਡੇ ਘਰ ਅੱਜ 6:45 ਵਜੇ ਦੀ ਗੱਲ ਆ, ਸਾਰੇ ਸੁੱਤੇ ਪਏ ਸੀਗੇ ਅਤੇ ਕੰਧ ਡਿੱਗ ਪਈ ਸੀ ਘਰ ਦੀ, ਅਤੇ 4 ਜਣੇ ਜ਼ਖਮੀ ਹੋਏ, ਮੇਰੀਆਂ 2 ਸਿਸਟਰਾਂ, ਮੰਮੀ ਅਤੇ ਪਾਪਾ ਮੇਰੇ। ਨੁਕਸਾਨ ਭਾਜੀ ਕਾਫੀ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ। ਹਾਂਜੀ, ਬਾਰਿਸ਼ ਕਰਕੇ ਭਾਜੀ ਪਾਣੀ ਭਰਿਆ ਪਿਆ ਸੀ ਪਿੱਛੇ, ਘਰ ਦੇ ਪਿੱਛੇ, ਉਹਦੇ ਕਰਕੇ ਬਾਰਿਸ਼ ਹੋਣ ਕਰਕੇ ਮੀਂਹ ਦੇ ਵਿੱਚ ਪਾਣੀ ਪੈ ਪੈ ਕੇ ਡਿੱਗ ਗਈ, ਕੰਧ ਡਿੱਗ ਗਈ ਹੈ। ਪਿਛਲੇ ਪਾਸੇ ਪੈਲੀ ਸੀ ਜੀ, ਹਾਂਜੀ, ਉਹ ਸਾਰਾ ਪਾਣੀ ਜਾਂਦਾ ਰਿਹਾ, ਅਤੇ ਉਹਦੇ ਕਰਕੇ ਫਿਰ ਕੰਧ ਡਿੱਗ ਗਈ ਥੱਲੇ। ਨਹੀਂ, ਲੈਂਟਰ ਦਾ ਡਿੱਗਾ ਨਹੀਂ, ਲੈਂਟਰ ਥੋੜ੍ਹਾ ਟੇਢਾ ਹੋ ਗਿਆ, ਲੈਂਟਰ ਦਾ ਬਚਾਇਆ, ਡਿੱਗਣ 'ਤੇ ਖਤਰਾ।